रविदास जी महाराज के 647वें प्रकाश उत्सव के उपलक्ष में श्री गुरु रविदास मंदिर कटरा मोहल्ला बस्ती दानिशमंदा जालंधर में से 9 फरवरी से 22 फरवरी तक प्रभात फेरियां निकाली जा रही हैं। इसी श्रृंखला में दूसरी प्रभात फेरी मंदिर प्रांगण से निकाली गई, जिसका शुभारंभ रतन ब्रदर्स के मालिक एवं मंदिर प्रबंधक कमेटी के प्रधान मदन लाल किंदर के सुपुत्र विशाल किंदर और अनुराग खिंदर ने विशेष रूप से उपस्थित होकर दीप प्रज्वलित कर किया। ये प्रभात फेरी इलाके की परिक्रमा करते हुए बस्ती दानिशमंदा के शिवाजी नगर स्थित पवन कुमार और सुमन के निवास स्थान पर जाकर संपन्न हुई, जहां पर पारिवारिक सदस्यों में कुलदीप, लक्की घई, राजू, रमन, नितिन, निखिल, रजत, जतिन, प्रथम, जग्गू, मन्नू, दिलीप, सुनीता, पवन और सीमा की ओर से पुष्प वर्षा कर इस प्रभात फेरी का भव्य स्वागत किया गया। इस मौके पर उपप्रधान राकेश लोच, उपप्रधान प्रदीप कुमार थापा, अनुराग खिंदर, उप चेयरमैन स्वर्ण यादव, सचिव सतपाल पाला, महेश अंगुराल, ओम प्रकाश लोच, तरसेम लाल करलुपिया, मदन लाल वसन, चमन लाल, राजकुमार जसम, रमेश कुमार दीवान चंद, अमरनाथ भंडारी, बलबीर लोच, स्त्री सत्संग सभा की प्रधान दयावंती, सचिव कृष्णा देवी, रानी लोच, उषा लोच, सुमन लोच, राजरानी खिंदर, बेबी डालिया, शोभा मीनिया, सावित्री देवी, कौशल्या बबो, अरुणा लोच सहित असंख्य भक्तजन मौजूद रहे। जालंधर से हलचल के लिए कैमरामैन सुरेंद्र बावा की रिपोर्ट। Yeah.
ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਚੁੱਪ ਕਰ ਜਾਓ ਯਾਰ ਇੱਕ ਮਿੰਟ। ਅੱਜ ਸ਼੍ਰੀ ਗੁਰੂ ਰਵਿਦਾਸ ਮੰਦਰ ਕਟੜਾ ਮਹੱਲਾ ਬਸਤੀ ਦਾਨ ਸੰਬੰਧਾਂ ਵਿੱਚੋਂ ਦੂਸਰੀ ਪ੍ਰਭਾਤ ਫੇਰੀ ਨਿਕਾਲੀ ਗਈ, ਜਿਸ ਦੀ ਅਧਿਕਸ਼ਤਾ ਸਾਡੇ ਗੁਰੂ ਘਰ ਦੇ ਪ੍ਰਧਾਨ ਮਾਨਯੋਗ ਮਦਨ ਲਾਲ ਖਿੰਦਰ ਜੀ ਅਤੇ ਪੂਰੀ ਟੀਮ ਪੂਰੇ ਨਗਰ ਦੀ ਪਰਿਕਰਮਾ ਕਰਦੇ ਹੋਏ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਆਦਰਣੀ ਸ਼੍ਰੀ ਪਵਨ ਕੁਮਾਰ ਜੀ ਸਰੰਗਲ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੀ ਹੈ। ਇਹ ਸਰੰਗਲ ਫੈਮਿਲੀ ਤੁਸੀਂ ਜਾਣਦੇ ਹੋ ਕਿ ਗੁਰੂ ਘਰ ਦੀ ਸੇਵਾਦਾਰ ਫੈਮਿਲੀ ਹੈ, ਹਮੇਸ਼ਾ ਹੀ ਪਵਨ ਜੀ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਵਾਉਂਦੇ ਰਹਿੰਦੇ ਹਨ। ਪਰ ਅੱਜ ਉਹਨਾਂ ਨੇ ਪ੍ਰਭਾਤ ਫੇਰੀ ਦੇ ਚਰਨ ਜਿਹੜੇ ਹੈ ਉਹ ਆਪਣੇ ਗ੍ਰਹਿ ਵਿਖੇ ਪੁਆਏ ਹਨ ਔਰ ਲੰਗਰ ਦੀ ਵਿਵਸਥਾ ਕੀਤੀ ਹੈ। ਚਾਹ ਛੋਲੇ ਹੋਰ 3500 ਰੁਪਈਆ ਆਪਣੇ ਸੇਵਾ ਜਿਹੜੀ ਹੈ ਉਹ ਵੀ ਗੁਰੂ ਘਰ ਨੂੰ ਸੇਵਾ ਕਰਾਈ ਹੈ। ਸੋ ਮੈਂ ਅੱਜ ਦੇ ਮਹਾਰਾਜ ਜੀ ਦੇ ਜਨਮ ਦਿਨ ਦੇ ਉਪਰੰਤ ਵਿੱਚ ਸਰੰਗਲ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਚਰਨਾਂ 'ਚ ਅਰਦਾਸ ਕਰਦਾ, ਬੇਨਤੀ ਕਰਦਾ ਸੱਚੇ ਪਾਤਸ਼ਾਹ ਜੀ ਇਸ ਪਰਿਵਾਰ 'ਤੇ ਹਮੇਸ਼ਾ ਮਿਹਰ ਭਰੇ ਹੱਥ ਰੱਖਣਾ। ਇਸ ਦੇ ਉਪਲਕਸ਼ ਦੇ ਵਿੱਚ ਜੋ ਪ੍ਰਵਾਸ ਫੇਰੀ ਆਯੋਜਿਤ ਕੀਤਾ ਗਿਆ ਹੈ, ਅੱਜ ਦੂਸਰੀ ਪ੍ਰਵਾਸ ਫੇਰੀ ਸਾਡੇ ਬੇਟਾ ਪਵਨ ਜੀ ਜੋ ਕਿ ਆਪਣਾ ਇੰਸਪੈਕਟਰ ਹਨ ਉਹਨਾਂ ਦੇ ਗ੍ਰਹਿ ਵਿੱਚ ਆਈ ਹੈ। ਸਾਡੇ ਬੇਟੇ ਪਵਨ ਜੀ ਨੇ ਸਾਰੀ ਜੋ ਜਿਤਨੀ ਪ੍ਰਵਾਸ ਫੇਰੀ ਆਈ ਸਾਰਿਆਂ ਦਾ ਬਹੁਤ ਸਨਮਾਨ ਕੀਤਾ ਹੈ ਔਰ ਚਾਹ ਪਾਣੀ ਲੰਗਰ ਔਰ ਜੋ ਦੂਸਰਾ ਜੋ ਇਸ ਤਰ੍ਹਾਂ ਵੀ ਉਸ ਵੀ ਆਪਣਾ ਜੋ ਹੈ ਉਹਨਾਂ ਨੇ ਸੇਵਾ ਕੀਤੀ ਹੈ। ਤੋ ਅਸੀਂ ਇਸੇ ਸਭਾ ਜਗ ਸਭਾ ਵੱਲੋਂ ਪਵਨ ਜੀ ਔਰ ਸਾਰੇ ਪਰਿਵਾਰ ਦਾ ਕੋਟੀ ਕੋਟੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਘਰ ਪਰਿਵਾਰ ਫਿਰ ਮਿਲਾ ਕਰਕੇ ਸਾਨੂੰ ਮਾਣ ਦੇ ਦਿੱਤਾ ਹੈ। ਸਾਰੇ ਕੋਟੀ ਕੋਟੀ ਧੰਨਵਾਦ।